ਪੋਕੀ ਟੋਰ ਬਣਾਉਣ ਲਈ ਖਰੀਦ ਲਿਆ ਨਕਲੀ ਬੰਦੋ ਗਵਾਂਡੀਆਂ ਨੇ ਪੁਲਿਸ ਭਲਾ ਕੇ ਕਰਵਾਤਾ ਹੱਥ ਖੜੇ ਪੇਸ਼ ਹੈ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਚਰਚਿਤ ਗੀਤ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਵਿਛਲੇ ਬੋਲਾਂ ਨਾਲ ਮਿਲਦੀ ਜੁਲਦੀ ਦਿਲਚਸਪ ਘਟਨਾ ਕੈਨੇਡਾ ਦੇ ਸਰੀ ਸ਼ਹਿਰ ਦੀ ਅੱਜਕੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਸਲ ਕਹਾਣੀ ਉਹ ਵਾਪਰੀ ਦੱਸੀ ਜਾ ਰਹੀ ਹੈ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ 780 ਵੈਨਿਊ ਨੇੜੇ ਸਥਿਤ ਇੱਕ ਕਿਰਾਏ ਦੇ ਘਰ 'ਚ ਰਹਿ ਰਹੇ ਕੁਝ ਪੰਜਾਬੀ ਸਟੂਡੈਂਟਸ 'ਚੋਂ ਇੱਕ ਨੂੰ ਉਸ ਬੰਦੂਕ ਖਰੀਦਣ ਦਾ ਸ਼ੌਂਕ ਪੈਦਾ ਹੋ ਗਿਆ। ਪਰੰਤੂ ਉਸ ਕੋਲ ਕਾਨੂੰਨੀ ਤੌਰ ਤੇ ਸਰਕਾਰੀ ਅਸਲਾ ਲਾਇਸੈਂਸ ਨਾ ਹੋਣ ਕਰਕੇ ਉਹ ਬੰਦੂਕ ਨਹੀਂ ਸੀ ਖਰੀਦ ਸਕਦਾ। ਲਿਹਾਜ਼ਾ ਉਸ ਵੱਲੋਂ ਆਪਣੀ ਫੋਕੀ ਟੋਰ ਬਣਾਉਣ ਲਈ ਨਕਲੀ ਬੰਦੂਕ ਖਰੀਦਣ ਦਾ ਫੁਰਨਾ ਅਮਲ ਚ ਲਿਆਂਦਾ ਗਿਆ। ਇਸ ਤੋਂ ਬਾਅਦ ਉਹ ਮਾਰਕੀਟ ਤੋਂ ਖਰੀਦੀ ਆਪਣੀ ਨਕਲੀ ਬੰਦੂਕ ਨਾਲ ਘਰ ਦੇ ਬਾਹਰ-ਬਾਰ ਬੈਠ ਕੇ ਦਿਖਾਵੇ ਵੱਜੋਂ ਸਾਫ ਸਫਾਈ ਕਰਨ ਲੱਗਾ। ਗਵਾਂਡੀਆਂ ਦੀ ਨਜ਼ਰ ਉਸਦੀ ਇਸ ਹਰਕਤ ਤੇ ਪੈ ਗਈ। ਉਹਨਾਂ ਨੇ ਤੁਰੰਤ ਪੁਲਿਸ ਨੂੰ ਉਸ ਦ੍ਰਿਸ਼ ਬਾਰੇ ਜਾਣੂ ਕਰਵਾ ਦਿੱਤਾ। ਬਸ ਫਿਰ ਕੀ ਸੀ ਕੁਝ ਮਿੰਟਾਂ 'ਚ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਸ ਘਰ ਨੂੰ ਆਸੇ-ਪਾਸੇ ਤੋਂ ਘੇਰ ਲਿਆ। ਸਪੀਕਰਾਂ ਨੇ ਉਸ ਨੌਜਵਾਨ ਨੂੰ ਸਮੇਤ ਆਪਣੇ ਬਾਕੀ ਮਿੱਤਰਾਂ ਨੂੰ ਹੱਥਕੜੀ ਲਾ ਕੇ ਬਾਹਰ ਆਉਣ ਲਈ ਚੇਤਾਵਨੀ ਦਿੱਤੀ। ਇਸ ਮਗੋਂ ਘਬਰਾੜ 'ਚ ਹੱਕੇ-ਬੱਕੇ ਰਹਿ ਗਏ ਸਾਰੇ ਨੌਜਵਾਨਾਂ ਨੂੰ ਹੱਥਕੜੀ ਕਰਕੇ ਬਾਹਰ ਆਉਣਾ ਪਿਆ। ਪੁਲਿਸ ਵੱਲੋਂ ਪਹਿਲਾਂ ਤਾਂ ਇਹਨਾਂ ਨੂੰ ਹੱਥਕੜੀਆਂ ਲਗਾ ਕੇ ਇੱਕ ਪਾਸੇ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਘਰ 'ਚੋਂ ਨਕਲੀ ਬੰਦੂਕਾਂ ਬਰਾਮਦ ਕੀਤੀਆਂ ਗਿਆ। ਹੁਣ ਪੁਲਿਸ ਵੱਲੋਂ ਉਹਨਾਂ 'ਚੋਂ ਇੱਕ ਨੂੰ ਹਿਰਾਸਤ 'ਚ ਲੈ ਕੇ ਲੋੜੀਂਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਲਈ ਫੋਕੀ ਟੋਰ ਹਮੇਸ਼ਾ ਨੁਕਸਾਨ ਹੀ ਕਰਦੀ ਹੈ ਇਹ ਗੱਲ ਹਮੇਸ਼ਾ ਯਾਦ ਰੱਖੋ